ਕਾਰਨ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ ਧਰਨਾ ਲੱਗਾ ਹੋਇਆ ਟੀ ਪੁਆਇੰਟ ਤੇ? ਧਰਨਾ ਸ਼ੌਕ ਨਾਲ ਨਹੀਂ ਲੱਗੀ, ਜਦੋਂ ਬੰਦੇ ਤੇ ਅੱਤ ਦੁਖੀ ਹੁੰਦਾ ਨਾ ਉਦੋਂ ਬੈਠਦਾ। ਮੈਂ ਤਾਂ ਪੈਰ ਦਾ ਵੀ ਨਹੀਂ ਖੜਾ ਕਰਿਆ, ਜਦੋਂ ਮੈਂ ਇੱਥੇ ਆਇਆ ਮੈਂ ਇਕੱਲਾ ਹੀ ਆਇਆ ਸੀ ਅਤੇ ਇਸ ਦਰਵਾਜ਼ੇ ਅੱਗੇ ਬੈਠ ਗਿਆ ਸੀ। ਇਹ ਪਿੰਡ ਬਲ ਸਚਿੰਦਰ ਦਾ ਜਗ੍ਹਾ, ਬਲ ਸਚਿੰਦਰ ਮੇਰੇ ਅਟਾਰੀ ਹਲਕੇ 'ਚ ਪੈਂਦਾ। ਮੈਂ ਕਿਸੇ ਨਾਲ ਧੱਕਾ ਨਹੀਂ ਕਰਦਾ ਅਤੇ ਨਾ ਹੀ ਮੈਂ ਕਿਸੇ ਨਾਲ ਧੱਕਾ ਹੁੰਦਾ ਬਰਦਾਸ਼ਤ ਕਰਦਾ। ਸੀ ਪੀ ਸਾਹਿਬ ਅਣਜਾਣ ਬੈਠੇ ਨੇ ਥੱਲੇ ਵਾਲੇ ਅਫਸਰਾਂ, ਕਿਉਂਕਿ ਇਹ ਕੇਸ ਆ ਕੋਰਟ ਦਾ, ਕੋਰਟ ਚੱਲਣ ਡੇ, ਕੋਰਟ ਨੇ ਕੀਤਾ ਆ ਸਟੇਟਸ ਕੋ। ਇੱਕ ਧੜਾ ਕਿਸੇ ਅਫਸਰ ਪੁਲਿਸ ਵਾਲੇ ਨਾਲ ਮਿਲ ਕੇ ਉਹ ਕਹਿ ਰਿਹਾ ਵੀ ਜਿਹੜੇ ਦੂਜੇ ਆ ਇਹਨਾਂ ਦੇ ਵਿਰੋਧੀ ਆ, ਜਿਨ੍ਹਾਂ ਦਾ ਇਸ ਜ਼ਮੀਨ ਨਾਲ ਵਾਸਤਾ ਕੋਈ ਨਹੀਂ ਹੈ, ਉਹਨਾਂ ਨੂੰ ਬਿਠਾ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕੱਢ ਕੇ ਅਤੇ ਸ਼ੋਅ ਕੀਤਾ ਜਾਏ ਕਿ ਇਹ ਕਾਬਜ਼ ਹੈ। ਸਟੇਟਸ ਕੋ ਦਾ ਸਵਾਲ ਹੈ, ਆਪਾਂ ਨੂੰ ਇਹ ਬਰਦਾਸ਼ਤ ਨਹੀਂ ਕਿ ਮਾਲਕ ਨੂੰ ਬਾਹਰ ਕੱਢਤਾ ਜਾਏ, ਉਹਨੂੰ ਧਮਕੀਆਂ ਦਿੱਤੀਆਂ ਜਾਣ ਕਿ ਤੇਰੇ 'ਤੇ ਕੇਸ ਰਜਿਸਟਰ ਕਰਾਂਗੇ ਐੱਫ ਆਈ ਆਰ ਜੇ ਤੂੰ ਬਾਹਰ ਨਾ ਨਿਕਲ। ਭਾਅ ਮਾਲਕ ਨੂੰ ਕਿਹਾ ਜਾ ਰਿਹਾ ਬਾਹਰ ਨਿਕਲ ਜਾ, ਡੈਫੀਨੇਟਲੀ ਸਾਜਿਸ਼ ਹੈ, ਕੋਈ ਵੱਡੀ ਲੈਣ ਦੇਣ ਹੋਈ ਹੈ ਜਿਹਦੇ ਕਰਕੇ ਮਾਲਕ ਨੂੰ ਕਿਹਾ ਜਾਂਦਾ ਤੂੰ ਬਾਹਰ ਨਿਕਲ ਜਾ। ਕੋਰਟ ਦਾ ਕੇਸ ਆ, ਪੁਲਿਸ ਦੀ ਦਖਲਅੰਦਾਜ਼ੀ ਕਿਵੇਂ ਬਰਦਾਸ਼ਤ ਹੋਏ? ਕਿਉਂਕਿ ਪੁਲਿਸ ਦੀ ਦਖਲਅੰਦਾਜ਼ੀ ਕੋਈ ਨਹੀਂ, ਪੁਲਿਸ ਕਿਉਂ ਦਖਲ ਦੇਵੇਗੀ? ਕੋਰਟ ਦਾ ਮਾਮਲਾ ਕੋਰਟ ਹੱਲ ਕਰੇਗੀ। ਜਿਸ ਕਿਸੇ ਨੂੰ ਸਟੇਟਸ ਕੋਰਟ ਜੋ ਇਸ਼ੂ ਕੀਤਾ ਗਿਆ ਉਹ ਮਹਿਸੂਸ ਕਰਦੇ ਨੇ ਕਿ ਇਹ ਜੋ ਬੰਦਾ ਮਾਲਕ ਆ ਅਤੇ ਉਹਦੀ ਅਵੇਲਣਾ ਕਰਦਾ, ਭਾਵ ਉਹਨੂੰ ਮੰਨਣ ਤੋਂ ਇਨਕਾਰ ਆ ਜਾਂ ਉਹਨੂੰ ਮੰਨ ਨਹੀਂ ਰਿਹਾ ਅਤੇ ਉਹਦੇ ਕੋਲ ਹੱਕ ਹੈ ਅਤੇ ਉਹ ਕੰਟੈਂਪਟ ਆਫ ਕੋਰਟ। ਪਰ ਕੀ ਜਿਹੜੇ ਪੁਲਿਸ ਅਫਸਰ ਸਮਾਨ ਜਿਹੜੇ ਦੂਸਰੀ ਪਾਰਟੀ ਨੂੰ ਅੱਗੇ ਲਾ ਕੇ ਅਤੇ ਇਹ ਧੱਕੇਸ਼ਾਹੀ ਕਰ ਰਹੇ ਆ, ਕੀ ਉਹਨਾਂ ਵਿਰੁੱਧ ਕੋਈ ਕਾਰਵਾਈ ਹੋ ਸਕਦੀ ਹੈ, ਕਰਵਾਈ ਜਾਏਗੀ? ਕਰਾਵਾਂਗੇ ਜੀ, ਡੈਫੀਨੇਟਲੀ ਕਰਾਵਾਂਗੇ, ਵੀ ਆਰ ਫਾਰਵਰਡ। ਹੁਣ ਆਪ ਜੀ ਦੀ ਇੱਥੇ ਮੰਗ ਕੀ ਹੈਗੀ? ਇੱਥੇ ਅੱਜ ਦੇ ਇਸ ਬੰਦੇ ਨੂੰ ਇੱਥੋਂ ਨਾ ਕੱਢਿਆ ਜਾਏ, ਮਾਲਕ ਨੂੰ ਮਾਲਕ ਰਹਿਣ ਦਾ ਜਾਏ, ਕਿਸੇ ਬੰਦੇ ਦੂਜੇ ਦਾ ਦਖਲ ਨਾ ਹੋਵੇ, ਠੀਕ ਹੈ ਨਾ? ਜਿਹਨੂੰ ਕਿਸੇ ਨੂੰ, ਜਿਹੜੇ ਮੈਂ ਦੱਸੂਗਾ ਤੁਹਾਨੂੰ, ਜਿਹਨੂੰ ਕਿਸੇ ਨੂੰ ਕੋਈ ਕੋਰਟ ਦੇ ਜਾਰੀ ਹੋਏ ਹੁਕਮ 'ਤੇ ਮਹਿਸੂਸ ਹੁੰਦਾ ਕਿ ਉਹਦੀ ਅਵੇਲਣਾ ਕਰ ਰਿਹਾ ਇਹ ਬੰਦਾ, ਪੁਲਿਸ ਪਲਾਸ ਦਾ ਕੋਈ ਸੀ ਪੀ ਸਾਹਿਬ ਆਉਣਗੇ ਜਾਂ ਤੁਸੀਂ ਕੀ ਇਹਨਾਂ ਪੁਲਿਸ ਪ੍ਰਸ਼ਾਸਨ ਜਿਹੜੇ ਖਾਸ ਕਰ ਜਿਨ੍ਹਾਂ ਨੇ ਪੰਗੇ ਲਏ ਆ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਆ, ਉਹ ਅਫਸਰ ਸਾਹਿਬ ਕਿਹੜੇ ਨੇ ਜੀ ਔਰ ਕਿਸ ਰੰਗ ਦੇ? ਉਹਨਾਂ ਨੂੰ ਪਤਾ ਸੀ ਪੀ ਨੋਬਲ ਦੁਪਹਿਰੇ ਮੇਰੀ ਬਹਿਸ ਹੋਈ ਹੈ, ਉਹਨਾਂ ਨੂੰ ਦੁਪਹਿਰੇ ਬਹਿਸ ਹੋਈ, ਉਹ ਕਹਿੰਦੇ ਡੋਂਟ ਵਰੀ ਜੀ ਹੋ ਜਾਏਗਾ, ਲੇਕਿਨ ਉੱਥੇ ਤਾਂ ਉੱਥੇ ਹੀ ਰਿਹਾ, ਕੁਛ ਵੀ ਨਹੀਂ ਕੀਤਾ। ਪਰ ਸਰ ਕੀ ਕਾਰਨ ਕੀ ਆ ਵੀ ਇੱਕ ਲੋਕ ਨੁਮਾਇੰਦਾ ਜਿਹੜਾ ਵਾ, ਇੱਕ MLA ਲੈਵਲ ਦੇ ਆਦਮੀ ਇਨਸਾਨ ਨੂੰ ਜਿਹੜਾ ਵਾ ਧਰਨੇ ਉੱਤੇ ਬੈਠਣਾ ਪੈ ਰਿਹਾ ਵਾ ਇੱਕ ਹੱਕ ਲੈਣ ਲਈ, ਇਨਸਾਫ ਲੈਣ ਲਈ? ਅਤੇ ਜੇਕਰ ਇੱਕ ਆਮ ਆਪ ਖੁਦ MLA ਸਾਹਿਬ ਜਾਂ ਵਿਧਾਇਕ ਜਿਹੜੇ ਇੱਥੇ ਬੈਠੇ ਆ ਅਤੇ ਆਮ ਲੋਕਾਂ ਦਾ ਕੀ ਹਾਲ ਹੋ ਰਿਹਾ ਹੋਊਗਾ, ਇਹ ਪੁਲਿਸ ਪ੍ਰਸ਼ਾਸਨ ਕੀ ਲੋਕਾਂ ਦਾ ਧੱਕੇਸ਼ਾਹੀ ਕਿਉਂ ਕਰ ਰਹੀ ਹੈ? ਉੱਥੇ ਹੀ ਹੁੰਦੀ ਆ ਦੋਸਤ, ਜਿੱਥੇ ਬੇਇਨਸਾਫੀ ਹੋਏ ਔਰ ਬਰਦਾਸ਼ਤ ਨਾ ਹੋਵੇ ਉੱਥੇ ਧਰਨੇ ਨਹੀਂ ਲੱਗਦੇ, ਲੋਕ ਤਾਂ ਭੁੱਖ ਹੜਤਾਲਾਂ ਕਰਦੇ। ਬੇਇਨਸਾਫੀ ਨੂੰ ਬਰਦਾਸ਼ਤ ਨਾ ਕਰਦੇ ਹੋਇਆਂ, ਧੱਕੇ ਹੁੰਦੇ ਨੂੰ ਬਰਦਾਸ਼ਤ ਨਾ ਕਰਦੇ ਹੋਇਆਂ ਮਜ਼ਬੂਰੀ ਨੂੰ ਬੈਠਣਾ ਪੈਂਦਾ, ਇਹ ਲੋਕਤੰਤਰਕ ਹੱਕ ਹੈ। ਮੈਂ ਹੁਣੇ ਬੋਲ ਕਰਕੇ ਕਿ ਇਸ ਪੁਲਿਸ ਨੇ ਜਿਹੜੀ ਹੁਣ ਮੌਜੂਦਾ ਪੁਲਿਸ ਹੈ, ਸ਼ਹਿਰੀ ਪੁਲਿਸ ਕਮਿਸ਼ਨਰੇਟ, ਇਹ ਧੱਕਾ ਕਰ ਰਹੀ ਹੈ। ਮੈਂ ਧੱਕਾ ਬਰਦਾਸ਼ਤ ਨਹੀਂ ਕਰਦਾ, ਸੁਣਵਾਈ ਨਹੀਂ ਹੋਈ, ਗੱਲ ਵੀ ਕੀਤੀ ਟੈਲੀਫੋਨ 'ਤੇ ਹੋਈ, ਕਿਹਾ ਗਿਆ ਵੀ ਡੋਂਟ ਵਰੀ ਉਹਨੇ ਕਰ ਲੈਣੀ, ਸਾਰੇ ਪਾਸੇ ਪੁਲਿਸ ਲਾ ਦਿੱਤੀ।
ਚੱਕ ਕੇ ਬਾਹਰ ਮਾਰੋ, ਆਪਾਂ ਕਿਵੇਂ ਬਰਦਾਸ਼ਤ ਕਰੀਏ? ਹੁਣ ਧਰਨਾ ਕਿੰਨੇ ਚਿਰ ਤੱਕ ਚੱਲੇਗਾ ਜੀ? ਜਦ ਤੱਕ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਇਸ ਬੰਦੇ ਨਾਲ ਬੇਇਨਸਾਫੀ ਹੋਈ, ਨਹੀਂ ਹੋਈ, ਇਹ ਮਾਲਕ ਨੂੰ ਮਾਲਕ ਹੀ ਰਹਿਣ ਦਿੱਤਾ ਜਾਏਗਾ, ਇਹਦਾ ਹੀ ਕਬਜ਼ਾ ਰਹੇਗਾ।